ਕਰੀਬ 6-7 ਸਾਲ ਤੋਂ ਗੁਰਮੀਤ ਕੌਰ ਦੇ ਨਜਾਇਜ਼ ਸੰਬੰਧ ਜਿਹੜੇ ਜਸਬੀਰ ਸਿੰਘ ਨਾਲ ਸੀ, ਔਰ ਇਹ ਜਿਹੜੀ ਗੁਰਮੀਤ ਕੌਰ ਹੈ ਇਸ ਨੂੰ ਰੋਕਦੀ ਸੀ ਕਿ ਇਸ ਦੇ ਘਰ ਵਿੱਚ ਨਾ ਆਇਆ ਕਰੇ। ਇਸੇ ਗੱਲ ਤੋਂ ਹੀ ਇਹਨਾਂ ਦੋਨਾਂ ਦਾ ਤਕਰਾਰ ਹੋਇਆ ਔਰ ਇਸੇ ਰੰਜਿਸ਼ ਕਰਕੇ ਜਸਬੀਰ ਸਿੰਘ ਨੇ ਜਿਹੜਾ ਗੁਰਮੀਤ ਕੌਰ ਦਾ ਕਤਲ ਕਰ ਦਿੱਤਾ। ਹੁਣ ਇਹ ਗੋਲਡਨ ਕਲੋਨੀ ਨਵਾਂ ਪਿੰਡ ਝੰਡੇਰ 'ਚ ਕਿਰਾਏ 'ਤੇ ਰਹਿੰਦਾ। ਇਹਦੀ ਪਤਨੀ ਗੁਰਮੀਤ ਕੌਰ ਔਰ ਇਹ ਉਹ ਵੀ ਇਹਦੇ ਨਾਲ ਰਹਿੰਦੀ ਹੈ, ਦੋ ਬੱਚੇ ਨੇ। ਇਸਨੇ ਸਾਨੂੰ ਕੱਲ੍ਹ ਸਵੇਰੇ ਇਤਲਾਹ ਦਿੱਤੀ ਕਿ ਉਹ ਕੰਮ 'ਤੇ ਗਿਆ ਹੋਇਆ ਸੀ, ਤਾਂ ਜਦੋਂ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਇਸਨੇ ਜਿਹੜਾ ਜਸਬੀਰ ਸਿੰਘ ਸਨ ਉਹ ਮਹਿੰਦਰ ਸਿੰਘ ਰੈਜੀਡੈਂਟ ਆਫ ਬੱਲ ਬਾਵਾ ਪਿੰਡ ਹੈ, ਇਹਦੇ ਘਰ ਦੇ ਵਿੱਚ ਜਿਹੜਾ ਇਹਦੀ ਵਾਈਫ ਗੁਰਮੀਤ ਕੌਰ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ, ਅੰਦਰੋਂ ਕੁੰਡੀ ਬੰਦ ਸੀ, ਔਰ ਜਦੋਂ ਇਹਨੇ ਖਿੜਕੀ 'ਚੋਂ ਦੇਖਿਆ ਤਾਂ ਇਹ ਦੋਨੇ ਲੜ ਰਹੇ ਸੀ, ਔਰ ਜਿਹੜਾ ਜਸਬੀਰ ਸਿੰਘ ਇਹ ਦੋਸ਼ੀ ਹੈ, ਇਹਨੇ ਇੱਕ ਪਲਾਸਟਿਕ ਦੀ ਰੱਸੀ ਦੇ ਨਾਲ ਗੁਰਮੀਤ ਕੌਰ ਦਾ ਜਿਹੜਾ ਗਲਾ ਬਹੁਤ ਮਤਲਬ ਘੁੱਟਿਆ ਹੋਇਆ ਸੀ, ਔਰ ਇਸ ਨੂੰ ਜਿਹੜਾ ਰੌਲਾ ਪਾਉਂਦੇ ਪਾਉਂਦੇ ਜਿਹੜਾ ਇਸਨੇ ਇਹਦਾ ਗਲਾ ਘੁੱਟ ਕੇ ਇਹਦਾ ਕਤਲ ਕਰ ਦਿੱਤਾ। ਕੀ ਕਾਰਨ ਹੈ ਕਤਲ ਕਰਨ ਦਾ? ਪਿਛਲੇ ਕਰੀਬ 6-7 ਸਾਲ ਤੋਂ ਗੁਰਮੀਤ ਕੌਰ ਦੇ ਨਜਾਇਜ਼ ਸੰਬੰਧ ਜਿਹੜੇ ਜਸਬੀਰ ਸਿੰਘ ਨਾਲ ਸੀ, ਔਰ ਇਹਨਾਂ ਦਾ ਆਪਸ ਵਿੱਚ ਕਾਫੀ ਮੇਲ ਜੋਲ ਸੀ, ਔਰ ਹੁਣ ਜਿਹੜੀ ਗੁਰਮੀਤ ਕੌਰ ਹੈ ਇਸ ਨੂੰ ਰੋਕਦੀ ਸੀ ਕਿ ਇਸ ਦੇ ਘਰ ਵਿੱਚ ਨਾ ਆਇਆ ਕਰੇ। ਇਸੇ ਗੱਲ ਤੋਂ ਹੀ ਇਹਨਾਂ ਦੋਨਾਂ ਦਾ ਤਕਰਾਰ ਹੋਇਆ ਔਰ ਇਸੇ ਰੰਜਿਸ਼ ਕਰਕੇ ਜਸਬੀਰ ਸਿੰਘ ਨੇ ਜਿਹੜਾ ਗੁਰਮੀਤ ਕੌਰ ਦਾ ਕਤਲ ਕਰ ਦਿੱਤਾ। ਅੱਜ ਅਸੀਂ ਕਾਫੀ ਇਹਨੂੰ ਅਸੀਂ ਕਤਲ ਕਰਨ ਤੋਂ ਬਾਅਦ ਇਹ ਦੋਸ਼ੀ ਜਿਹੜਾ ਉੱਥੋਂ ਭੱਜ ਗਿਆ ਸੀ, ਔਰ ਅਸੀਂ ਵੱਖ ਵੱਖ ਟੀਮਾਂ ਤਿਆਰ ਕਰਕੇ ਇਹਨੂੰ ਅਸੀਂ ਅੱਜ ਜਿਹੜਾ ਸਵੇਰੇ ਅਰੈਸਟ ਕੀਤਾ ਅਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਕੱਲ੍ਹ ਪੇਸ਼ ਕਰਾਇਆ ਜਾਊਗਾ। ਤਫਤੀਸ਼ ਚੱਲ ਰਹੀ ਹੈ ਇਸ ਦੇ ਸੰਬੰਧ 'ਚ। ਮੁਕਦਮਾ ਨੰਬਰ 23 ਮਿਤੀ 4/4/21 ਅੰਡਰ ਸੈਕਸ਼ਨ 302-506 IPC PS ਝੰਡੇਰ 'ਚ ਦਰਜ ਰਜਿਸਟਰ ਕਰਕੇ, ਔਰ ਅਸੀਂ ਪੂਰੀ ਡੀਪਲੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਖਬਰ ਦੇਖੋ ਕਿਦਾਂ।